नाम हरप्रीत सिंह चगदरा गांव तो आया। पानी की समस्या है कि 20-22 दिन हो गए पानी नहीं आ रहा है। बाकी है कि डेली वाइज दो लगे हैं, इस टाइम ट्यूब बंद ही है, पानी पूनी बिल्कुल नहीं आ रहा है, पानी बहुत वही शॉर्टेज है इस टाइम। इस करके हम डेपुटेशन लेके आए कि इस समस्या हल किया जाए। तुम गए तो क्या आख्या उन्हें हूँ कहें कि सब गल करा तो जल्दी जल्दी कार्रवाई की जाएगी कि पानी कि आबादी है थोड़ी इतने पानी नहीं आ रहा। आबादी घट तो घट 2-250 घर होना। कितने दिन की समस्या है? ਇਹ ਘੱਟ ਤੋਂ ਘੱਟ 15-20 ਦਿਨ ਹੋ ਗਏ ਨੇ। ਹਾਂ, ਬਾਕੀ ਹੈ ਕਿ ਇੱਥੇ ਮਟਕੇ 'ਤੇ ਜਾ ਕੇ ਇਸ ਤਰ੍ਹਾਂ ਦੂਰ ਦੂਰ ਜਾ ਜਨਾਨੀਆਂ ਔਰਤਾਂ ਬੱਚੇ ਪਾਣੀ ਲਿਆ ਰਹੇ ਨੇ, ਚੁੱਕ ਚੁੱਕ ਕੇ ਸਿਰ 'ਤੇ ਪਾਣੀ ਲਿਆ ਰਹੇ। ਕਿਲੋ ਕਿਲੋਮੀਟਰ 1.5 ਕਿਲੋਮੀਟਰ ਦੂਰ ਜਾ ਕੇ ਪਾਣੀ ਲੈਣਾ ਪੈਂਦਾ। ਇਸ ਕਰਕੇ ਬਹੁਤ ਮੁਸ਼ਕਲ ਹੈ। ਇਸ ਟਾਈਮ ਗਰਮੀ ਦਾ ਵੀ ਮੌਸਮ ਕਾਫੀ ਤੇਜ਼ ਹੈ, ਇਹਦੀ ਦਿੱਕਤ ਦੂਰ ਕੀਤੀ ਜਾਵੇ। ਬਸ ਸਾਡੀ ਇਹ ਰਿਕੁਐਸਟ ਹੈ। ਨਾ ਮੰਗਰਾ ਮੈਂ ਅਸੀਂ ਚੱਕਦਰਾ ਖਾਨ ਤੋਂ ਆਇਆ ਡੈਪੂਟੇਸ਼ਨ ਲਈ ਹੈ। ਸਰ ਪਹਿਲਾਂ ਇੱਕ ਹਫ਼ਤਾ ਮੋਟਰ ਨਹੀਂ ਸਾਡੀ ਦੀ ਤਾਂ ਵੀ ਪਾਣੀ ਸਾਨੂੰ ਦਿੱਕਤ ਰਹੇ ਅਤੇ ਹੁਣ ਇਹਦੇ ਆਖਰ ਨੇ ਹੜਤਾਲਾਂ ਨੇ, ਹੜਤਾਲਾਂ ਚੱਲਣੇ ਕਰਨਾ ਸਾਡੇ ਇੱਥੇ ਬੰਦੇ ਲਾ ਰਹੇ ਨੇ ਜਿਹੜੇ ਦੋ ਕੱਚੇ ਬੰਦੇ ਨੇ। ਅਤੇ ਜੇ ਅਸੀਂ ਪਹਿਲਾਂ ਡੀਸੀ ਸਾਹਿਬ ਕੋਲ ਗਏ ਰਹੇ, ਡੀਸੀ ਸਾਹਿਬ ਸਾਨੂੰ ਮਿਲੇ ਨਹੀਂ। ਉੱਥੋਂ ਫਿਰ ਅਸੀਂ ਉਹਨਾਂ ਗਲਾਇਆ ਥੱਲੇ ਮੈਡਮ ਵੀ ਬੈਠਦੇ ਏ ਸੀ ਕਿ ਨਹਾ ਲਿਆ ਉਹਨਾਂ ਉਹਦੇ ਕੋਲ ਗਏ, ਫਿਰ ਉਹਨਾਂ ਸਾਨੂੰ ਗਲਾਇਆ ਵੀ ਤੁਸੀਂ ਥੱਲੇ ਜਾਓ PHC ਡਿਪਾਰਟਮੈਂਟ। ਫਿਰ ਹੁਣ ਅਸੀਂ ਇੱਥੇ ਆਇਆ ਤਾਂ ਇਹਨੇ ਸਾਡਾ ਨੰਬਰ ਨੋਟ ਕਰ ਲੈਣਾ ਅਤੇ ਆਖਰ ਵੀ ਅਸੀਂ ਸਾਹਿਬ ਨਾਲ ਗੱਲ ਕਰੀਏ ਅਤੇ ਥੋੜ੍ਹਾ ਜਲਦੀ ਜਲਦੀ ਕੋਲ ਹੱਲ ਕਰਨ ਲੱਗੇ। ਸਾਰੇ ਸਾਨੂੰ ਮੁਸੀਬਤ ਇਹ ਹੈ ਵੀ ਲੈ ਲੋਕ ਨੇ ਜਿਹੜੇ ਧਾਂ ਧੂੰ ਲਾ ਰਹੇ ਨੇ, ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਅਤੇ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਸਾਨੂੰ ਪਾਣੀ ਦੀ। ਜੇ ਅਗਰ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਨਾ ਮੰਗਣਾ ਮੋਟਰ ਲੈਣ ਤਾਂ ਉਹ ਕਈ ਘਰਦੇ ਮੋਟਰ ਬੰਦ ਕਰੀ ਉਹਦੇ 24 ਘੰਟੇ ਮੋਟਰ ਵੀ ਨਹੀਂ ਚੱਲਦੀ ਹੈ ਅਤੇ ਇਹਦੇ ਕਾਰਨ ਸਾਨੂੰ ਬੜੀ ਦਿੱਕਤ ਆ ਰਹੀ ਹੈ। ਅਗਰ ਜਿੰਨਾ ਵੀ ਜਲਦੀ ਹੋ ਸਕਿਆ ਅਸੀਂ ਤਾਂ ਬੜੇ ਸ਼ੁਕਰਗੁਜ਼ਾਰ ਹਾਂ ਜੀ, ਜਲਦੀ ਕੋਲ ਜਲਦੀ ਹੈ ਮਤਲਬ ਪਾਣੀ ਦਾ ਮਸਲਾ ਜਿਹੜਾ ਹੱਲ ਹੋਈ ਹੈ। ਜੇ